स्प्रिंग काम करने लई 7 मुख्य फीचर जरूरी हन। 24 एचपी श्रेणी विच जीवो 245 डीआई सब तो कॉम्पैक्ट ट्रैक्टर है। 960 मिलीमीटर दी कट ऊंचाई स्प्रिंग कारजां दे दौरान बगीचियां विच कट ऊंचाई दे लटक दे फलां नूं नुकसान पहुंचण तों बचाउंदी है। 36 इंच दे इस दे स्टैंडर्ड ट्रैक दी चौड़ाई ट्रैक्टर दे डिजाइन नूं होर वी कॉम्पैक्ट बनांदी है। 6 ट्रैक एडजस्टेबल गाहक नूं पतलियां क्यारियां विच वी आराम नाल ट्रैक्टर चलाउण दी सहूलत दिंदी है। छोटा टर्निंग रेडियस खड़ी फसलां दे विच ट्रैक्टर नूं क्यारियां दे विच मोड़ना आसान बना दिंदा है ਅਤੇ ਸਸਪੈਂਸ਼ਨ ਸੀਟ ਕਾਫੀ ਆਰਾਮ ਦਿੰਦੀ ਹੈ ਜਿਸ ਨਾਲ ਬਿਨਾਂ ਕਿਸੇ ਪਰੇਸ਼ਾਨੀ ਦੇ ਪੂਰੇ ਫੁਲਵਾੜੀ ਨੂੰ ਆਰਾਮ ਨਾਲ ਕਵਰ ਕਰਨ ਵਿੱਚ ਮਦਦ ਮਿਲਦੀ ਹੈ। ਜ਼ਿਆਦਾ ਪੀਟੀਓ ਸ਼ਕਤੀ ਇੰਜਨ ਦੀ ਓਵਰਹੀਟਿੰਗ ਵਰਗੀ ਕਿਸੇ ਸਮੱਸਿਆ ਦੇ ਬਿਨਾਂ ਜ਼ਿਆਦਾ ਸਮੇਂ ਤੱਕ ਸਪਰੇਅਰ ਚਲਾਉਣ ਦੀ ਸਹੂਲਤ ਪ੍ਰਦਾਨ ਕਰਦੀ ਹੈ। 4 ਵੀਲ ਡਰਾਈਵ ਸਾਰੇ ਪਹੀਆਂ ਨੂੰ ਵਾਧੂ ਤਾਕਤ ਦਿੰਦਾ ਹੈ ਜਿਸ ਨਾਲ ਵਰਖਾ ਦੇ ਸਮੇਂ ਗਿੱਲੀ ਮਿੱਟੀ ਵਿੱਚ ਵੀ ਬਿਨਾਂ ਫਿਸਲੇ ਖਿੱਚਣ ਦੀ ਜ਼ਿਆਦਾ ਸਮਰੱਥਾ ਮਿਲਦੀ ਹੈ। ਵੱਖ-ਵੱਖ RPM ਪੱਧਰ ਤੇ PTO ਕਈ ਸਪੀਡ ਬਾਜ਼ਾਰ ਵਿੱਚ ਉਪਲਬਧ ਵੱਖ-ਵੱਖ ਸਪਰੇਅਰਸ ਤੋਂ ਜੀਵੋ 245 DI ਦੀ ਅਨੁਕੂਲਤਾ ਯਕੀਨੀ ਕਰਦੀ ਹੈ ਅਤੇ ਫਲਾਂ ਦੀ ਜ਼ਰੂਰਤ ਅਤੇ ਦੂਰੀ ਦੇ ਹਿਸਾਬ ਨਾਲ ਹੀ ਸਪਰੇਇੰਗ ਕਾਰਜ ਕੀਤੇ ਜਾ ਸਕਦੇ ਹਨ ਅਤੇ ਜ਼ਿਆਦਾ ਖੇਤਰ ਕਵਰ ਹੋ ਪਾਉਂਦਾ ਹੈ ਅਤੇ ਕੰਮ ਤੇਜ਼ੀ ਨਾਲ ਪੂਰਾ ਹੁੰਦਾ ਹੈ। ਸਮੇਂ ਅਤੇ ਪੈਸੇ ਦੀ ਵੀ ਬਚਤ ਹੁੰਦੀ ਹੈ। ਹੋਰੀਜ਼ੋਂਟਲ ਸਾਇਲੈਂਸਰ ਟਰੈਕਟਰ ਦੇ ਮਰਨਾ ਜੰਮਣਾ ਵਿੱਚ ਰੁਕਾਵਟ ਨਹੀਂ ਪਾਉਂਦਾ ਜਿਸ ਨਾਲ ਸਪਰੇਇੰਗ ਕਾਰਜ ਦੇ ਦੌਰਾਨ ਘੱਟ ਉਚਾਈ ਦੇ ਲਟਕਦੇ ਫਲਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਡੀਜ਼ਲ ਦੀ ਸਭ ਤੋਂ ਘੱਟ 205 ਗ੍ਰਾਮ HP ਪਰ ਔਰ ਖਪਤ ਸਪਰੇਇੰਗ ਕਾਰਜ ਨੂੰ ਕਿਫਾਇਤੀ ਬਣਾਉਂਦੀ ਹੈ ਜਿਸ ਨਾਲ ਚੰਗੀ ਬਚਤ ਹੁੰਦੀ ਹੈ।